हाँ जी, मेरे किसान भरावो, मेरे दोस्तों, सारे मेरे वालों प्यार भरी सत श्री अकाल। अज असी तुहानूं सरसे दे लागे फैलाबाद दे नाल एक प्लॉट दिखा रहे हैं ड्रैगन फ्रूट का, जिहड़ा राजस्थान दे विच पैंदा है। इहदों गांह रहना शुरू हो जाता, उदों पहलां इह राजस्थान दे विच इह बॉर्डर दे उपर लगा होया फ्रूट है। बहुत वधिया लग्या जी, बहुत सोहना फ्रूट है, ड्रैगन फ्रूट जिहड़ा लग्या सानूं देख के। असी इहनूं देख के असी इधर आए। ये अंदर इजराइल टैक्नोलॉजी के हिसाब से मिक्सिंग खेती की गई है। जिहड़े भी किसान वीर ने सानू ये लाई है, असी उहदा बहुत सत्कारयोग किसान नू भरा दा धन्नवाद। तो असी इत्थे स्पैशल वीडियो शूट करन वास्ते आ गए कि चलो साडे किसान वीरां वास्ते भी ये जरूरी है। भी एक कई बार कोई साडे नू मंग करदे हुंदे भी ड्रैगन फ्रूट की जिहड़ी वीडियो पाओ तां कि सानू कोई पता लगे भी उहदा की झाड़ है, की वरायटी है, किदां चलदी है, की नुकसान है, की नफे ने, वो सारियां चीज़ां। तो अज सानू यह मौका मिलिया, असीं इत्थे आए हैं जिहदे विच ड्रैगन फ्रूट है ते मिक्स खेती लगी हुई है, विच मौसमी लगी हुई है, अमरूद लगे हुए ने, कुछ मेरे ख्याल नींबू लगे हुए हैं। बाकी असीं किसान वीर नाल असीं गल करांगे, तुहानूं सारा दस्सणगे जिहदे विच की कुछ लगा हुआ आ साइडां दे उत्ते ला रखे आ, ते मतलब जो भी चीज़ है वो सारी असीं तुहानूं मिलाउने आ साडे किसान वीर नाल। हाँ जी, असी साडे कोले असी आ चुके हैं किसान वीर जी कोले। ते सब तो पहला जी तुहाडा नाम दसो जी, की नाम है जी? अवतार सिंह जी। ये केड़ा है एक जिथे असी खड़े हैं जी, की थां है दा नाम है जी? इत्थे तलवाड़ा झील पैंदा जी, राजस्थान च हनुमानगढ़ जिला। ठीक है जी, तहसील टिब्बी। अच्छा जी, ये तुसीं ड्रैगन फ्रूट दा जिहड़ा तुसीं लाए नूं, ये किन्ना टाइम हो गया जी? इन 3 साल हो जाणगे अगे जुलाई च। पर असीं देख रहे हैं जी, इहदे जिहड़े अग्गे हैगे बच्चे आ, जिहड़ी इहदी नर्सरीज वगैरह काफी तैयार हो रही है। ਇਹ ਮਤਲਬ ਇਹ ਜਿਹੜੇ ਤੁਸੀਂ ਫਿਰ ਇਹਦਾ ਨਰਸਰੀ ਤਿਆਰ ਕਰਦੇ ਜੀ? ਹਾਂਜੀ, ਨਰਸਰੀ ਤਿਆਰ ਕਰਨੀ ਹੈ ਜੀ। ਅੱਛਾ ਜੀ, ਨਰਸਰੀ ਤਿਆਰ ਕਰਕੇ ਜੀ ਸਾਡੇ ਸਰੋਤੇ ਸਾਰੇ ਦੇਖ ਰਹੇ ਆ ਜੀ, ਕਿਸਾਨ ਵੀਰ ਦੇਖ ਰਹੇ ਆ। ਅਸੀਂ ਇਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਵੀ ਇਹ ਜਿਹੜਾ ਫਰੂਟ ਹੈ ਵੀ ਇਹਦਾ ਕੀ ਝਾੜ ਆਉਂਦਾ, ਕੀ ਇਹਦਾ ਰਿਜ਼ਲਟ ਹੈ ਜੀ? ਹਾਂਜੀ, ਹਜੇ ਪਹਿਲੇ ਆਪਣੇ ਸਾਲ ਤਾਂ ਇਹਦੀ ਕੋਈ ਆਪਣੇ ਕੋਈ ਪ੍ਰੋਡਕਸ਼ਨ ਨਹੀਂ ਸੀਗੀ। ਠੀਕ ਹੈ ਜੀ, ਤੇ ਦੂਜੇ ਸਾਲ ਠੀਕ ਰਹੀ ਆ। ਠੀਕ ਹੈ ਜੀ, ਤੇ ਐਤਕੀ ਪ੍ਰੋਡਕਸ਼ਨ ਸੋਹਣੀ ਆਊਗੀ ਐਤਕੀ, ਮੈਂ ਤਾਂ ਪੂਰੀ। ਹਾਂ, ਤੇ ਪਹਿਲੇ ਸਾਲ 'ਚ ਕਿੰਨਾ ਕਾਇਆ ਜੀ? ਪਹਿਲੇ ਸਾਲ ਤਾਂ ਤੁਸੀਂ ਜ਼ੀਰੋ ਸਮਝੋ, ਦੂਜੇ ਸਾਲ ਜਿਹੜਾ ਸੀਗਾ ਉਹ ਮੇਰਾ ਲਗਭਗ 1 ਪੋਲ ਦੇ ਉੱਤੇ 2 ਕਿਲੋ ਵੇਟ ਜਿਹੜਾ ਉਤਰਿਆ ਸੀਗਾ। 2 ਕਿਲੋ? ਹਾਂਜੀ, 1 ਪੋਲ 'ਤੇ, 1 ਪੋਲ 'ਤੇ 2 ਕਿਲੋ ਉਤਰਿਆ ਸੀ। ਹਾਂਜੀ ਹਾਂ। ਅਤੇ ਇਹ ਇੱਕ ਜਿਹੜਾ ਜੀ ਇਹ ਕਿੰਨੇ 1 ਕਿੱਲੇ ਦੇ ਵਿੱਚ ਕਿੰਨੇ ਪੋਲ ਲੱਗੇ ਹੋਏ ਆ? ਇਹ ਇੱਥੇ ਸਾਡੇ 5 ਕਨਾਲ ਦਾ ਜੀ, ਇਹਦੇ 'ਚ ਆਪਣੇ 300 ਪੋਲ ਲੱਗਦਾ। 5 ਕਨਾਲ ਦੇ ਵਿੱਚ 300 ਪੋਲ ਦਾ ਮਤਲਬ ਇਹ ਹੋ ਗਿਆ ਜੀ 300 ਅਤੇ 2 ਕਿਲੋ 3 × 6। ਹਾਂਜੀ, ਮਤਲਬ ਇਹ ਹੋ ਗਿਆ ਜੀ 600 ਕਿਲੋ 6 ਕੁਇੰਟਲ ਲਗਭਗ ਜੀ ਨਿਕਲਿਆ। ਕੀ ਰੇਟ ਵਿਕਿਆ ਜੀ ਇਹ? ਇਹ 300 ਤੋਂ ਲੈ ਕੇ 400 ਰੁਪਏ ਕਿਲੋ ਵਿੱਚ ਹੈ ਜੀ, 1 ਕਿਲੋ ਤੋਂ। ਬਹੁਤ ਬਹੁਤ ਵਧੀਆ ਗੱਲ ਹੈ ਜੀ। ਅਤੇ ਜਿਹੜਾ ਦੂਜੇ ਸਾਲ ਦੇ ਵਿੱਚ ਹੈ ਬਾਈ ਜੀ, ਉਹਨਾਂ ਦੇ 1 ਵਿਘੇ ਦੇ ਵਿੱਚੋਂ 5 ਕਲਾਣਾ 'ਚੋਂ 6 ਕੁਇੰਟਲ ਉੱਤਰਿਆ, 300 ਤੋਂ 400 ਰੁਪਏ ਕਿਲੋ ਇਹ ਵਿਕਿਆ। ਇਹ ਇਨਕਮ ਦਾ ਮਤਲਬ ਇੱਕ ਬਹੁਤ ਵਧੀਆ ਸੋਰਸ ਹੈਗਾ। ਅਤੇ ਦੇਖੋ ਇਹ ਸਾਡੀ ਅੱਖਾਂ ਦੇ ਸਾਹਮਣੇ ਖੜਾ, ਨਾ ਕਿ ਅਸੀਂ ਕੋਈ ਵੀਡੀਓ ਬਾਹਰੋਂ ਪਾ ਰਹੇ ਹਾਂ, ਨਾ ਕਿਸੇ ਪਾਸਿਓਂ ਪਾ ਰਹੇ ਹਾਂ, ਅਸੀਂ ਔਨ ਫੀਲਡ ਖੜੇ ਹਾਂ, ਦੇਖ ਕੇ ਆਏ ਹਾਂ ਬਾਈ ਜੀ। ਉਹਨਾਂ ਨੂੰ ਅਸੀਂ ਆਪ ਬੁਲਾਇਆ, ਨਾ ਅਸੀਂ ਇਹਨਾਂ ਨੂੰ ਜਾਣਦੇ ਸੀ, ਨਾ ਸਾਨੂੰ ਜਾਣਦੇ ਸੀ। ਅਸੀਂ ਇਹਨੂੰ ਦੇਖ ਕੇ ਹੀ ਇੱਥੇ ਆ ਕੇ ਜਿਹੜੀ ਵੀਡੀਓ ਸ਼ੂਟ ਕੀਤੀ ਹੈ। ਅਤੇ ਇਹਦੇ ਕੋਈ ਸਪਰੇਅ ਵਗੈਰਾ ਜਾਂ ਕੋਈ ਨੁਕਸਾਨ ਕੋਈ ਹੋਰ ਜੀ? ਨਹੀਂ ਜੀ, ਕੋਈ ਸਪਰੇਅ ਦੀ ਕੋਈ ਲੋੜ ਨਹੀਂ ਇਹਨੂੰ, ਖਾਸ ਤੌਰ 'ਤੇ ਨਾ ਆਪਣੇ ਤੇਲਾ ਪੈਂਦਾ, ਨਾ ਇਹਨੂੰ ਕੋਈ ਸੁੰਡੀ ਪੈਂਦੀ ਆ, ਕਿਸੇ ਤਰ੍ਹਾਂ ਦੀ ਕੋਈ ਇਹਨੂੰ ਪ੍ਰੋਬਲਮ ਨਹੀਂ ਆਉਂਦੀ। ਅਤੇ ਕੋਈ ਕੋਈ ਹੋਰ ਜੀ ਇਹਦੇ 'ਚ ਕੋਈ ਖਾਦ ਪਾਣੀ? ਬਸ ਜੀ, ਕੋਈ ਖਾਸ ਨਹੀਂ, ਮੈਂ ਤਾਂ ਦੇਸੀ ਖਾਦ ਹੀ ਪਾਉਂਦਾ, ਰੂੜੀ ਪਾਈਦੀ ਆ, ਅਤੇ ਉਹ 2-3 ਵਾਰੀ ਸਾਲ ਦੇ ਵਿੱਚ 2 ਵਾਰੀ ਜਾਂ 3 ਵਾਰੀ ਪਾਈਦੀ ਆ। ਹਾਂਜੀ, ਪਾਣੀ ਕਿੰਨਾ ਕੁ ਲੈਂਦਾ ਜੀ ਇਹ? ਪਾਣੀ ਦਾ ਇਹਨੂੰ ਨੋਰਮਲ ਹੀ ਚਾਹੀਦਾ ਜੀ, ਮੈਂ ਵੀ ਪਾਣੀ ਲਾਇਆ ਜਿਹੜਾ ਇਹ ਸਿਰਫ ਇਹਦਾ ਕਰਕੇ ਲਾਇਆ ਹੈ, ਦੂਜੇ ਬੂਟਿਆਂ ਦਾ ਕਰਕੇ। ਅੱਛਾ ਜੀ, ਬਾਕੀ ਪਾਣੀ ਕੋਈ ਜ਼ਿਆਦਾ ਨਹੀਂ ਆ ਪਾਣੀ ਇਹਨੂੰ। ਇਹ ਜ਼ਿਆਦਾ ਫਲੱਡ ਲਾ ਰਹੀ ਜਾਂ ਡ੍ਰਿਪ ਸਿਸਟਮ ਲਾ ਦੇ ਜੀ, ਉਹ ਠੀਕ ਰਹਿੰਦਾ? ਹਾਂਜੀ, ਮੈਂ ਪਹਿਲਾਂ ਡ੍ਰਿਪ ਵੀ ਲਾਤਾ ਸੀਗਾ। ਓਕੇ, ਪਰ ਉਸ ਤੋਂ ਮਗਰੋਂ ਫਿਰ ਉਹਦੀ ਕੋਈ ਇੰਨੀ ਖਾਸ ਜ਼ਰੂਰਤ ਨਹੀਂ, ਮੈਂ ਫਲੱਡ ਨਾਲ ਲਾ ਦੇਣਾ ਸਿੱਧਾ ਪਾਣੀ। ਹਾਂਜੀ। ਅੱਛਾ ਜੀ, ਇੱਕ ਮੈਨੂੰ ਐਂ ਦੱਸੋ ਜੀ, ਤੁਹਾਡੇ ਜਿਹੜੇ ਇਹਦੇ ਅੰਦਰ ਅਸੀਂ ਦੇਖ ਰਹੇ ਹਾਂ ਕਿ ਹਰ ਤਰ੍ਹਾਂ ਦੇ ਫਰੂਟ ਲੱਗਿਆ ਹੋਇਆ ਜੀ। ਹਾਂਜੀ, ਮੈਂ ਇਹਦੇ ਵਿੱਚ ਆਪਣੇ ਮੌਸਮੀ ਵੀ ਲਾਈ ਹੋਈ ਆ। ਅੱਛਾ ਜੀ, ਅਤੇ ਅੰਦਰ ਹੀ ਇਹਦੇ ਆਪਣੇ ਰੈੱਡ ਅਮਰੂਦ ਲਾਇਆ ਹੋਇਆ। ਰੈੱਡ ਅਮਰੂਦ? ਹਾਂਜੀ, ਠੀਕ ਹੈ। ਉਹਦਾ ਪ੍ਰੋਡਕਸ਼ਨ ਬਹੁਤ ਸੋਹਣਾ ਹੋਇਆ, ਉਹਦੀ ਬਹੁਤ ਵਧੀਆ ਅੰਦਰ ਹੋਈ ਪ੍ਰੋਡਕਸ਼ਨ। ਅੱਛਾ ਜੀ, ਅਤੇ ਹੁਣ ਐਤਕੀ ਮੈਂ ਤਾਂ ਵੀ ਉਸ ਨਾਲੋਂ ਜ਼ਿਆਦਾ ਸੋਹਣਾ ਫਲ ਲੱਗਿਆ ਹੋਇਆ,
ਮਸੰਮੀ ਸੋਹਣੀ ਲੱਗੀ ਹੋਈ ਆ ਹੁਣ 2 ਸਾਲ ਦੇ ਬੂਟੇ ਹੋਏ ਮਸੰਮੀ ਦੇ ਵੀ ਓਕੇ ਜੀ ਤੇ ਅਮਰੂਦ ਦੇ ਵੀ 2 ਸਾਲ ਦੇ ਹੋਏ ਆ ਤੇ ਅਮਰੂਦ ਤੋਂ ਫਲ ਆ ਚੁੱਕੇ ਸੀ ਪਹਿਲਾਂ ਵੀ ਹੁਣ ਦੁਬਾਰੇ ਫਿਰ ਫਰੂਟਿੰਗ ਆਈ ਤੇ ਬਹੁਤ ਵਧੀਆ ਗੱਲ ਹੈ ਜੀ ਇਹ ਤੁਸੀਂ ਇਜ਼ਰਾਈਲ ਦੀ ਟੈਕਨੋਲੋਜੀ ਲਈ ਹੈ ਜੀ 5 ਕਨਾਲ ਦੇ ਅੰਦਰ ਮਤਲਬ ਤੁਸੀਂ 3 ਤਰ੍ਹਾਂ ਦੇ ਫਰੂਟ ਲੈ ਰਹੇ ਹੋ ਇਸ ਟਾਈਮ ਔਰ ਉਹ ਵੀ ਜ਼ਬਰਦਸਤ ਖੜੇ ਆ ਮਸੰਮੀ ਵੀ ਅਸੀਂ ਦੇਖ ਰਹੇ ਹਾਂ ਮਸੰਮੀ ਬਹੁਤ ਵਧੀਆ ਲੱਗੀ ਹੋਈ ਹੈ ਤੇ ਅਮਰੂਦ ਦੇ ਨੇ ਵੀ ਫਲ ਬਹੁਤ ਵਧੀਆ ਸੋਹਣਾ ਚੱਕਿਆ ਹੋਇਆ ਹੈ ਇੱਕ ਜੀ ਅਸੀਂ ਇਹ ਦੇਖ ਰਹੇ ਹਾਂ ਜੀ ਇਹਦੇ 'ਚ ਸਾਈਡਾਂ ਦੇ ਉੱਤੇ ਗੰਨਾ ਲੱਗਾ ਹੋਇਆ ਹੈ ਅਤੇ ਇੱਕ ਨਾਲ ਬਾਜਰੇ ਦੇ ਬੂਟੇ ਲੱਗੇ ਹੋਏ ਆ ਜੀ ਹਾਂਜੀ ਹਾਂਜੀ ਇਸੇ ਵਾਸਤੇ ਚਲੋ ਇੱਧਰੋਂ ਜਿਹੜੀ ਲੋ ਆਉਂਦੀ ਆ ਲੋ ਦਾ ਵਿਚਾਰ ਹੋਵੇ ਅੱਛਾ ਜੀ ਅਤੇ ਇਸੇ ਕਰਕੇ ਅਸੀਂ ਲਾਏ ਹੋਏ ਨਾਲ ਗੰਨਾ ਵੀ ਲਾਇਆ ਵਿੱਚ ਮੈਂ ਬਾਜਰਾ ਵੀ ਲਾਇਆ ਲਾਗੇ ਲਾਗੇ ਅਤੇ ਪਿਛਲੀ ਵਾਰ ਤਾਂ ਮੇਰੇ ਬਾਜਰੇ ਦੀ ਪ੍ਰੋਡਕਸ਼ਨ ਵੀ ਸੋਹਣੀ ਹੋ ਗਈ ਸੀ ਠੀਕ ਆ ਨੂੰ ਵਧੀਆ ਮਤਲਬ ਕਿ ਘਰ ਦਾ ਦੇਸੀ ਬਾਜਰਾ ਹੋਇਆ ਕੰਮ ਆ ਠੀਕ ਆ ਜੀ ਹਾਂ ਅਤੇ ਇੱਥੇ ਗੰਨਾ ਵੀ ਲਾਇਆ ਜੀ ਹੁਣ ਦੂਜੀ ਸਾਈਡ 'ਤੇ ਵੀ ਗੰਨਾ ਲਾਵਾਂਗੇ ਠੀਕ ਹੈ ਜੀ ਹਾਂਜੀ ਇੱਕ ਅਸੀਂ ਇਹ ਦੇਖ ਰਹੇ ਸੀ ਇਹਨਾਂ ਨੇ ਗੰਨਾ ਵੀ ਲਾਇਆ ਹੋਇਆ ਸਾਰੇ ਚਾਰੋਂ ਪਾਸੇ ਔਰ ਨਾਲ ਤੋਂ ਇਹਨਾਂ ਨੇ ਬਾਜਰਾ ਲਾਇਆ ਹੋਇਆ ਨਾਲੇ ਦਾ ਲੋ ਦਾ ਬਚਾਅ ਕਰਦਾ ਜੀ ਨਾਲੇ ਇਹ ਜੂਸ ਵਾਸਤੇ ਕੰਮ ਆਊਗਾ ਅੱਛਾ ਜੀ ਇੱਕ ਅਸੀਂ ਦਰਸ਼ਕਾਂ ਨੂੰ ਸਾਡੇ ਕਿਸਾਨ ਵੀਰਾਂ ਨੂੰ ਜੀ ਅਗਰ ਮੰਨ ਲਓ ਪਨੀਰੀ ਚਾਹੀਦੀ ਹੋਈ ਤਾਂ ਉਹਨਾਂ ਨੂੰ ਤੁਹਾਡੇ ਕੋਲੋਂ ਮਿਲ ਜਾਣੀ ਹੈ ਜੀ ਅੱਜ ਮਿਲ ਜੂ ਪਨੀਰੀ ਤਿਆਰ ਕਰੀ ਜਾਂਦੇ ਜਿਹਨੇ ਜਿਹਨੇ ਬੁੱਟਿਆਂ ਨੂੰ ਫਰੂਟਿੰਗ ਆਈ ਸੀਗੀ ਉਹਦੇ ਨਾਲ ਅਸੀਂ ਦਸਤੇ ਤਿਆਰ ਕਰੀ ਜਾਂਦੇ ਠੀਕ ਹੈ ਜੀ ਇਹ ਕੀ ਰੇਟ ਦੇ ਰਹੇ ਹੋ ਜੀ ਹਾਂਜੀ ਅਸੀਂ 100 ਰੁਪਏ ਬੂਟਾ ਦੇ ਰਹੇ ਹਾਂ 100 ਰੁਪਏ ਪਰ ਬੂਟਾ ਦੇ ਰਹੇ ਜੀ ਤੁਹਾਡਾ ਆਪਣਾ ਨੰਬਰ ਤੁਸੀਂ ਸਾਨੂੰ ਇਹ ਦਰਸ਼ਕਾਂ ਨੂੰ ਦੱਸੋਗੇ ਜੀ ਹਾਂਜੀ 94-132-35-494 ਇੱਕ ਵਾਰ ਦੁਬਾਰਾ ਫਿਰ ਦੱਸੋ ਜੀ 94-132-35-494 ਹਾਂਜੀ ਵੀਰ ਜੀ ਇਹ ਇਹਨਾਂ ਦਾ ਨੰਬਰ ਹੈਗਾ ਜਿਹੜਾ ਅਸੀਂ ਇਹਨਾਂ ਦੇ ਸਕਰੀਨ 'ਤੇ ਵੀ ਨੰਬਰ ਪਾਵਾਂਗੇ ਇਸ ਨੰਬਰ 'ਤੇ ਤੁਸੀਂ ਕੰਟੈਕਟ ਕਰਕੇ ਇਹਨਾਂ ਦੀ ਨਰਸਰੀ ਤੁਸੀਂ ਲੈ ਸਕਦੇ ਹੋ ਇਹਨਾਂ ਦੇ ਬਹੁਤ ਵਧੀਆ ਨਰਸਰੀ ਆ ਬੂਟੇ ਅਸੀਂ ਆ ਸਕਰੀਨ ਦੇ ਅੰਦਰ ਦਿਖਾ ਰਹੇ ਹਾਂ ਵੀ ਇਹਦੇ ਫਰੂਟ ਜਿਹੜਾ ਆ ਬਹੁਤ ਵਧੀਆ ਆ ਰਿਹਾ ਔਰ ਪਲਾਂਟ ਬੜਾ ਹੈਲਥੀ ਹੈ ਅੱਛੀ ਵਰਾਇਟੀ ਹੈ ਔਰ ਬਹੁਤ ਵਧੀਆ ਤਰੀਕੇ ਨਾਲ ਸੰਭਾਲੀ ਹੋਈ ਹੈ ਬਾਕੀ ਮੇਨ ਚੀਜ਼ ਇਹਨਾਂ ਕੋਲੋਂ ਸਿੱਖਣ ਵਾਲੀ ਇਹ ਗੱਲ ਹੈ ਕਿ ਜਿਹੜੀ ਮਿਕਸ ਵਿੱਚ ਫਰੂਟਿੰਗ ਇਹ ਲੈ ਰਹੇ ਆ ਸਭ ਤੋਂ ਵਧੀਆ ਬੈਨੀਫਿਟ ਇਹ ਹੈ ਸਾਨੂੰ ਬਹੁਤ ਵਧੀਆ ਲੱਗਿਆ ਕਿਉਂਕਿ ਦੇਖੋ ਮਸੰਮੀ ਵੀ ਲੱਗੀ ਹੈ ਔਰ ਅਮਰੂਦ ਵੀ ਲੱਗਿਆ ਅਤੇ ਜੇ ਅਗਰ ਮਸੰਮੀ ਇਹ ਕਾਮਯਾਬ ਕਰ ਜਾਂਦੇ ਆ ਤਾਂ ਸੋਨੇ 'ਤੇ ਸੁਹਾਗ ਹੈ ਕਿਉਂਕਿ ਇਹ ਔਰੰਗਾਬਾਦ ਤੋਂ ਇਹ ਲੈ ਕੇ ਆਏ ਆ ਵਰਾਇਟੀ ਔਰੰਗਾਬਾਦ ਤੋਂ ਜਿਹੜਾ ਡਰੈਗਨ ਫਰੂਟ ਦਾ ਇਹਨਾਂ ਨੇ ਤਿਆਰ ਕੀਤਾ ਅਤੇ ਨਾਲ ਮਸੰਮੀ ਵੀ ਉੱਧਰ ਦੀ ਹੋ ਗਈ ਤਾਂ ਫਿਰ ਤਾਂ ਬਈ ਕਿਆ ਬਾਤਾਂ ਹੈ ਫਿਰ ਤਾਂ ਆਪਣੇ ਆਪ ਹੀ ਨਜ਼ਾਰੇ ਵੱਧ ਜਾਣਗੇ ਤਾਂ ਦੋਸਤੋ ਇਹ ਸੀਗਾ ਛੋਟਾ ਜਿਹਾ ਪਲਾਟ ਜਿਹੜਾ ਅਸੀਂ ਤੁਹਾਨੂੰ ਇੱਕ ਦਿਖਾਇਆ ਤਾਂ ਜ਼ਿਮੀਂਦਾਰ ਸਾਹਿਬ ਨੇ ਤੁਹਾਡੇ ਨਾਲ ਗੱਲ ਕੀਤੀ ਹੈ ਇਸ ਕਿਸਾਨ ਵੀਰ ਨੇ ਤੁਹਾਡੇ ਨਾਲ ਸਾਰੇ ਗੱਲਾਂ ਸ਼ੇਅਰ ਕੀਤੀਆਂ ਇਹਨੂੰ ਕੋਈ ਵੀ ਸਪਰੇਅ ਦੀ ਲੋੜ ਨਹੀਂ ਕੋਈ ਰੇਹ ਦੀ ਲੋੜ ਨਹੀਂ ਥੋੜ੍ਹੇ ਜਿਹੇ ਪਾਣੀ ਦੇ ਨਾਲ ਇਹ ਜਿਹੜੀ ਹੈ ਖੇਤੀ ਹੋ ਜਾਂਦੀ ਹੈ ਅਤੇ ਕੱਲ੍ਹ ਨੂੰ ਕਿਸੇ ਨੂੰ ਸੀਡ ਚਾਹੀਦਾ ਹੋਵੇ ਜਾਂ ਇਹਦੇ ਜਿਹੜੇ ਇਹਦੇ ਪਲਾਂਟ ਚਾਹੀਦੇ ਹੋਣ ਤਾਂ ਤੁਸੀਂ ਇਸ ਨੰਬਰ ਦੇ ਨਾਲ ਸੰਪਰਕ ਕਰਕੇ ਤੁਸੀਂ ਲੈ ਸਕਦੇ ਹੋ ਬਾਕੀ ਐਡਰੈਸ ਦੁਬਾਰਾ ਇਹ ਸਮਝਾ ਦੇਣਗੇ ਜੀ ਐਡਰੈਸ ਦੱਸ ਦਿਓ ਜੀ ਸਾਰਾ ਪਿੰਡ ਦਾ ਨਾਂ ਜੀ ਤਲਵਾੜਾ ਝੀਲ ਤਹਿਸੀਲ ਟਿੱਬੀ ਡਿਸਟ੍ਰਿਕਟ ਹਨੂਮਾਨਗੜ੍ਹ ਰਾਜਸਥਾਨ ਹਾਂਜੀ ਇਹ ਤਲਵਾੜੇ ਤੋਂ ਟਿੱਬੀ ਰੋਡ ਦੇ ਉੱਤੇ ਜੀ ਇਹ ਤਕਰੀਬਨ ਇਹ ਆਪਣਾ ਪਲਾਟ ਲੱਗਾ ਹੋਇਆ ਰਾਜਸਥਾਨ ਡਰੈਗਨ ਫਰੂਟ ਦੇ ਨਾਂ ਤੇ ਇਹ ਤਲਵਾੜੇ ਤੋਂ ਕਿੰਨੀ ਕੁ ਦੂਰ ਹੈਗਾ ਜੀ ਇਹ 2 ਕਿਲੋਮੀਟਰ ਹੈ ਜੀ ਇੱਥੋਂ ਤਲਵਾੜੇ ਤੋਂ 2 ਕਿਲੋਮੀਟਰ ਦੇ ਉੱਤੇ ਔਨ ਰੋਡ ਦੇ ਉੱਤੇ ਬੋਰਡ ਲੱਗਾ ਜੀ ਕਦੇ ਕਿਸੇ ਨੇ ਆਉਂਦਾ ਜਾਂਦੇ ਤੁਸੀਂ ਦੇਖਣਾ ਹੋਵੇ ਤਾਂ ਇੱਥੇ ਦੇਖ ਵੀ ਸਕਦੇ ਹੋ ਤਾਂ ਅਸੀਂ ਮਤਲਬ ਸਾਰਿਆਂ ਨੂੰ ਅਸੀਂ ਇਹੀ ਕਰਾਂਗੇ ਕਿ ਜਿੰਨੇ ਵੀ ਕੋਈ ਫਰੂਟ ਪਲਾਂਟ ਲੈਣਾ ਹੋਵੇ ਜੇ ਕੋਈ ਇੱਥੇ ਆ ਸਕਦਾ ਤਾਂ ਇਹਨਾਂ ਕੋਲ ਆ ਕੇ ਦੇਖ ਕੇ ਬੁੱਕ ਕਰਾ ਲਏ ਤਾਂ ਸਭ ਤੋਂ ਵਧੀਆ ਗੱਲ ਆ ਦੇਖੀ ਗੱਲ ਹੋਰ ਹੁੰਦੀ ਹੈ ਸੁਣੀ ਗੱਲ ਹੋਰ ਹੁੰਦੀ ਹੈ ਅਸੀਂ ਤਾਂ ਅੱਖੀ ਦੇਖ ਕੇ ਤੁਹਾਡੇ ਨਾਲ ਵੀਡੀਓ ਬਣਾ ਕੇ ਅਸੀਂ ਤੁਹਾਡੇ ਤੱਕ ਪਹੁੰਚਾਈ ਹੈ ਜੀ ਅਤੇ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਜੀ ਚਲੋ ਇਹਨਾਂ ਨੇ ਸਾਡੇ ਵਾਸਤੇ ਟਾਈਮ ਕੱਢਿਆ ਸੋ ਤੁਸੀਂ ਵੀ ਦਰਸ਼ਕਾਂ ਦਾ ਮਤਲਬ ਤੁਸੀਂ ਕੀ ਕਹਿਣਾ ਚਾਹੋਗੇ ਜੀ ਜੀ ਅਸੀਂ ਤਾਂ ਇਹ ਕਹਾਂਗੇ ਜੀ ਨਵੀਂ ਖੇਤੀ ਆ ਹਾਂਜੀ ਇਹਨੂੰ ਨਵੇਂ ਤਰੀਕੇ ਨਾਲ ਆਪਾਂ ਕਰਾਂਗੇ ਤੇ ਕਿਸਾਨ ਅੱਗੇ ਵੱਧ ਸਕਦਾ ਅਸੀਂ ਵੀ ਝੋਨਾ ਹੀ ਲਾਉਂਦੇ ਸੀਗੇ ਠੀਕ ਹੈ ਜੀ ਤੇ ਮੈਂ ਇੱਕ ਟ੍ਰਾਇਲ ਤੌਰ ਤੇ ਕੀਤਾ ਆ ਹਾਂਜੀ ਇਹਨੂੰ ਮੈਂ ਹੁਣ ਜਸਟ ਹੀ 2-3 ਮਹੀਨੇ ਬਾਅਦ ਅੱਗੇ ਵਧਾ ਰਿਹਾ 2-1 ਡੋਰ ਮਾਰਿਆ ਠੀਕ ਹੈ ਜੀ ਤਾਂ ਇਹ ਹੈ ਜੀ ਕਿਸਾਨ ਵੀਰੋ ਸਾਡੇ ਵੀਰ ਦੀ ਸੁਝਾਅ ਤੇ ਸਾਡਾ ਸੁਝਾਅ ਇੱਕ ਹੋਰ ਹੈਗਾ ਜੀ ਜਿਹੜੇ ਲੋਕਾਂ ਕੋਲੇ ਜ਼ਮੀਨ ਨਹੀਂ ਹੈਗੀ ਪਲਾਟ ਹੈਗਾ ਜਾਂ ਘਰ ਹੈਗਾ ਤਾਂ ਜੇ ਉਹ 2 ਬੂਟੇ 4-5-6-10 ਪਲਾਂਟ ਵੀ ਲਾਉਣੇ ਆ ਤਾਂ ਘਰੇ ਉਹ ਆਰਾਮ ਨਾਲ ਲਾਵੇ ਇਹਨਾਂ ਕੋਲੋਂ ਸਾਰੀ ਨੌਲੇਜ ਲੈ ਕੇ ਲਿਜਾ ਕੇ ਤੁਸੀਂ ਲਾ ਸਕਦੇ ਹੋ ਡਰੈਗਨ ਫਰੂਟ ਦਾ ਘਰੇ ਆਪਣੇ ਆਪਦਾ ਪੈਦਾ ਕਰਕੇ ਆਪ ਖਾ ਲਓ ਬਹੁਤ ਵਧੀਆ ਫਰੂਟ ਹੈ ਅੱਛੀ ਇਹਦੀ ਸਿਹਤ ਵਾਸਤੇ ਤੁਸੀਂ ਇਹਦੇ ਸਰਚ ਮਾਰ ਕੇ ਦੇਖੋਗੇ ਤਾਂ ਸਾਰੇ ਇਹਦੇ ਗੁਣ ਜਿਹੜੇ ਆ ਉਹ ਤੁਹਾਡੀ ਸਰਚ ਦੇ ਉੱਤੇ ਆ ਜਾਣਗੇ ਤਾਂ ਇੰਨੀਆਂ ਗੱਲਾਂ ਕਹਿੰਦੇ ਹੋਏ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਮੰਗਦੇ ਹਾਂ ਕੋਈ ਗਲਤੀ ਹੋਏ ਤਾਂ ਸਾਨੂੰ ਮਾਫ਼ ਕਰਿਓ ਸੋ ਇਸ ਕਰਕੇ ਸਾਰੇ ਵੀਰਾਂ ਦਾ ਸਤਿ ਸ਼੍ਰੀ ਅਕਾਲ ਧੰਨਵਾਦ ਓਕੇ ਸ਼ੇਅਰ ਲਾਈਕ ਸਬਸਕ੍ਰਾਈਬ ਅਤੇ ਟੱਲੀ ਦਾ ਬਟਨ ਜ਼ਰੂਰ ਦਬਾਇਓ